ਤੁਸੀਂ ਵੇਖ ਰਹੇ ਹੋ ਪੰਜਾਬ ਟੂਡੇ ਨਿਊਜ਼। ਪੁਲਿਸ ਨੇ ਕੋਈ ਐਕਸ਼ਨ ਨਹੀਂ ਲਿੱਤਾ ਹੈਗਾ। ਇੰਨਾ ਇੱਕ ਮਹੀਨੇ ਤੋਂ ਮੈਨੂੰ ਮੈਂਟਲ ਟੌਰਚਰ ਕਰ ਰਹੇ ਆ। ਸਸੁਰ ਸਹੁਰਾ ਸਾਹਿਬ ਹੈ ਮੇਰੇ ਇਹ ਲੱਗਦਾ। ਅੱਜ ਮੇਰੇ ਹਸਬੈਂਡ 10-12 ਦਿਨ ਹੋ ਗਏ, ਉਹਨਾਂ ਨੇ ਕੋਈ ਡਰੱਗਸ ਨਹੀਂ ਲਿੱਤੇ, ਕੁਛ ਨਹੀਂ। ਅੱਜ ਸਵੇਰੇ ਪੈਨਸ਼ਨ ਲੈ ਕੇ ਆਏ, ਉਹਨੂੰ ਕਹਿੰਦੇ ਪੁੱਤ ਮੇਰੇ ਤੋਂ ਲੈ ਲੈ ਪੈਸੇ, ਤੂੰ ਜਿੰਨੇ ਲੈਣੇ ਆ ਠੀਕ ਹੈ। ਉਹਨੂੰ ਪੈਸਿਆਂ ਦਾ ਲਾਲਚ ਦੇ ਕੇ ਆਪਦੇ ਵੱਲ ਕਰਨ ਦੀ ਕੋਸ਼ਿਸ਼ ਕੀਤੀ। ਉਹ ਬੰਦਾ 10-12 ਦਿਨਾਂ ਤੋਂ ਮੇਰੇ ਤੋਂ ਸਿਰਫ 20 ਰੁਪਏ ਜਾਂ 50 ਰੁਪਏ ਲੈ ਕੇ ਜਾਂਦਾ ਹੈ। ਇਹਨਾਂ ਦਾ ਕੀ ਮਤਲਬ ਬਣਦਾ ਉਹਨੂੰ ਪੈਸੇ ਆਫਰ ਕਰਨ ਦਾ? ਥੈਂਕ ਯੂ ਜੀ। ਪਿਛਲੇ 4-5 ਸਾਲਾਂ ਜੋ ਸਾਡੀ ਸਕੂਲ 'ਚ ਇੱਥੇ ਅਸੀਂ ਕੰਮ ਕਰ ਰਿਹਾ ਸੀਗੇ ਜੀ, ਪਿਛਲੇ 31 ਤਰੀਕ ਨੂੰ ਅਸੀਂ ਜਾਣਾ ਸੀਗਾ ਜੀ ਇੱਥੋਂ ਜੀ, 21 ਤਰੀਕ ਨੂੰ ਲੋਕਡਾਊਨ ਹੋ ਗਿਆ ਜੀ। ਇਹਨਾਂ ਨੇ ਕਿਹਾ ਜੀ ਸਾਡਾ ਸਮਾਨ ਚੁੱਕ ਲਓ, ਅਸੀਂ ਕਿਹਾ ਵੀ ਅਸੀਂ ਸਮਾਨ ਹਜੇ ਨਹੀਂ ਚੁੱਕਦੇ, ਨਾਲੇ ਤੁਹਾਡੇ ਕੋਲ ਅਸੀਂ ਤਨਖਾਹ ਲੈਣੀ ਹੈ ਜੀ। ਇਹਨੇ 2-3 ਵਾਰੀ ਹੱਲ ਹੋ ਗਏ ਜੀ, ਸਾਡਾ ਸਮਾਨ ਚੱਕਦਾ ਬਾਹਰ ਸਿੱਟ ਦਿੰਦਾ, ਕਹਿੰਦਾ ਜੇ ਮੇਰਾ ਮੁੰਡਾ ਮਰ ਗਿਆ ਜਾਂ ਮੇਰੀ ਨੂੰਹ ਮਰ ਗਈ ਤਾਂ ਮੈਂ ਤੁਹਾਡੇ 'ਤੇ ਕਤਲ ਪਾਉਣਾ। ਜਨਾਬ ਸਾਡਾ ਕੀ, ਅਸੀਂ ਸਮਾਨ ਚੁੱਕਣ ਨੂੰ ਤਿਆਰ ਹਾਂ ਜੀ। ਇਹਨਾਂ ਨੂੰ ਇੱਕੋ ਦਰਖਾਸਤ ਕੀਤੀ ਵੀ ਸਾਨੂੰ SDO ਸਾਹਿਬ ਤੋਂ ਕਿਸੇ ਤੋਂ ਲਿਖਾ ਕੇ ਲਾ ਦਿਓ, ਅਸੀਂ ਸਮਾਨ ਚੱਕ ਲੈਂਦੇ। ਇੰਨਾ ਮਾਮਲਾ ਉਹ ਦਰਗਾਹ ਦਿੱਤਾ ਸੀ ਸਿੰਘ ਹੈ ਜੀ। ਪਿਛਲੇ 4-5 ਸਾਲਾਂ ਜੋ ਸਾਡੀ ਸਕੂਲ 'ਚ ਇੱਥੇ ਅਸੀਂ ਕੰਮ ਕਰ ਰਿਹਾ ਸੀਗੇ ਜੀ, ਪਿਛਲੇ 31 ਤਰੀਕ ਨੂੰ ਅਸੀਂ ਜਾਣਾ ਸੀਗਾ ਜੀ ਇੱਥੋਂ ਜੀ, 21 ਤਰੀਕ ਨੂੰ ਲੋਕਡਾਊਨ ਹੋ ਗਿਆ ਜੀ। ਇਹਨਾਂ ਨੇ ਕਿਹਾ ਜੀ ਸਾਡਾ ਸਮਾਨ ਚੁੱਕ ਲਓ, ਅਸੀਂ ਕਿਹਾ ਵੀ ਅਸੀਂ ਸਮਾਨ ਹਜੇ ਨਹੀਂ ਚੁੱਕਦੇ, ਨਾਲੇ ਤੁਹਾਡੇ ਕੋਲ ਅਸੀਂ ਤਨਖਾਹ ਲੈਣੀ ਹੈ ਜੀ। ਇਹਨੇ 2-3 ਵਾਰੀ ਹੱਲ ਹੋ ਗਏ ਜੀ, ਸਾਡਾ ਸਮਾਨ ਚੱਕਦਾ ਬਾਹਰ ਸਿੱਟ ਦਿੰਦਾ, ਕਹਿੰਦਾ ਜੇ ਮੇਰਾ ਮੁੰਡਾ ਮਰ ਗਿਆ ਜਾਂ ਮੇਰੀ ਨੂੰਹ ਮਰ ਗਈ ਤਾਂ ਮੈਂ ਤੁਹਾਡੇ 'ਤੇ ਕਤਲ ਪਾਉਣਾ। ਜਨਾਬ ਸਾਡਾ ਕੀ, ਅਸੀਂ ਸਮਾਨ ਚੁੱਕਣ ਨੂੰ ਤਿਆਰ ਹਾਂ ਜੀ। ਇਹਨਾਂ ਨੂੰ ਇੱਕੋ ਦਰਖਾਸਤ ਕੀਤੀ ਵੀ ਸਾਨੂੰ SDO ਸਾਹਿਬ ਤੋਂ ਕਿਸੇ ਤੋਂ ਲਿਖਾ ਕੇ ਲਾ ਦਿਓ, ਅਸੀਂ ਸਮਾਨ ਚੱਕ ਲੈਂਦੇ ਹਾਂ, ਸਾਨੂੰ ਕੋਈ ਇਤਰਾਜ਼ ਨਹੀਂ ਸਮਾਨ ਚੱਕਣ 'ਚ। ਪਰ ਇਹ ਜਦੋਂ ਵੀ ਹੁੰਦਾ, ਕਦੀ ਮੇਰੇ ਘਰ ਦੀ ਦੇ ਗੱਲ ਪੈ ਜਾਂਦੀ, ਕਦੀ ਮੇਰੇ ਬੇਟਿਆਂ ਦੇ ਗੱਲ ਪੈ ਜਾਂਦਾ, ਕਦੀ ਮੇਰੇ ਗੱਲ ਪੈ ਜਾਂਦਾ। ਇੱਥੋਂ ਤੱਕ ਜੀ ਬਾਹਰਲੇ ਬੰਦਿਆਂ ਨੂੰ ਇਹ ਕਹਿ ਚੁੱਕਾ ਵਾ ਵੀ ਇਹ ਚੋਰ ਆ ਜੀ, ਇਹ ਡਾਕੂ ਆ। ਸਰ ਅਸੀਂ 5 ਸਾਲਾਂ ਤੋਂ ਇੱਥੇ ਰਹਿ ਰਹੇ ਹਾਂ ਜੀ, ਉਦੋਂ ਦੀ ਅਸੀਂ ਚੋਰੀ ਨਾ ਕੀਤੀ, ਅੱਜ ਅਸੀਂ ਚੋਰੀ ਕਰਾਂਗੇ ਜੀ? ਨੌ ਪੁੱਤ ਨੂੰ ਪੁੱਛੋ ਜੀ, ਆ ਇਹਨਾਂ ਦੇ ਨੌ ਪੁੱਤ ਬੈਠੇ, ਇਹਨਾਂ ਨੂੰ ਪੁੱਛ ਲਓ ਜੀ ਅਸੀਂ ਕਿੰਨੇ ਕੁ ਉਹ ਆ ਜੀ ਬੰਦੇ। ਜਿਵੇਂ ਹੁਣ ਸਰਕਾਰ ਦਾ ਤਾਂ ਇਹ ਐਲਾਨ ਹੈ ਵੀ ਕੋਈ ਕਿਸੇ ਦੀ ਤਨਖਾਹ ਇਸ ਲੋਕਡਾਊਨ ਦੇ ਦੌਰਾਨ ਨਹੀਂ ਤੋੜ ਸਰ। ਉਹ ਦੇਣ ਦਾ ਨਾਂ ਨਹੀਂ ਲੈਂਦੇ, ਉਹ ਤਾਂ ਮੁੱਕਰ ਹੀ ਗਏ, ਉਹ ਕਹਿੰਦੇ ਸਾਡੇ ਕੋਲ ਨਹੀਂ ਹੈਗੀ, ਤੁਸੀਂ ਲੈ ਚੁੱਕੇ ਸਰ, ਕੋਈ ਪ੍ਰੂਫ ਹੀ ਦਿਖਾ ਦੇਣ ਉਹਨਾਂ ਨੂੰ ਕਹੋ। ਹੁਣ ਸਾਹਮਣੇ ਅੰਦਰ ਵੜ ਗਿਆ ਜੀ ਭੱਜ ਕੇ ਤੁਹਾਨੂੰ ਵੇਖ ਕੇ। ਪੁਲਿਸ ਨੂੰ ਕੋਈ ਦਰਖਾਸਤ ਦਿੱਤੀ ਜੀ? ਉਦੋਂ SI ਸਾਹਿਬ ਆਏ ਸੀਗੇ, ਸਵਰਨ ਸਿੰਘ ਜੀ, ਗੁਰਚਰਨ ਸਿੰਘ ਜੀ ਆਏ ਸੀਗੇ, ਸਬ ਇੰਸਪੈਕਟਰ। ਉਹ ਉਦੋਂ ਵੀ ਇਹਨਾਂ ਨੂੰ ਸਮਝਾ ਕੇ ਗਿਆ, ਕਹਿੰਦੇ ਸ਼ਰਮਾ ਜੀ ਆਪਾਂ ਇਹਨਾਂ ਦਾ ਸਮਾਨ ਨਹੀਂ ਚੁਕਾ ਸਕਦੇ, ਜਿਵੇਂ ਵੀ ਹੋਊਗਾ ਆਪਾਂ ਲੋਕਡਾਊਨ ਤੋਂ ਬਾਅਦ ਸਮਾਨ ਵੀ ਚੁਕਾਵਾਂਗੇ, ਜੇ ਕਹਿੰਦੇ ਤੁਹਾਡੀ ਤਨਖਾਹ ਵਾ ਤਨਖਾਹ ਦਾ ਵੀ ਤੁਹਾਡਾ ਨਿਬੇੜਾਂਗੇ। ਪਰ ਸਰ ਇਹਦੇ ਦਿਮਾਗ 'ਚ ਹੀ ਨਹੀਂ ਗੱਲ ਬਹਿੰਦੀ, ਇਹ ਨਾਲ ਦੀ ਨਾਲ ਫਿਰ ਉਵੇਂ 'ਚ ਆਉਂਦਾ ਵਾ ਜੀ, ਫਿਰ ਦੁਬਾਰਾ ਉਹੀ ਕੰਮ ਕਰ ਦਿੰਦਾ ਜੀ। ਉਹ ਸਰ ਸਾਡੇ ਨਾਲ ਹੈ ਜੀ, ਉਹ ਸਾਡੇ ਨਾਲ ਖੜੇ ਜੀ ਮੁਸ਼ਕਲ ਘੜੀ 'ਚ। ਉਹ ਕਹਿੰਦੇ ਵੀ ਹੁਣ ਆਪਾਂ ਗਰੀਬਾਂ ਨੂੰ ਚੁਕਾ ਕੇ ਕਿੱਥੇ ਸਟਾਰੀਏ, ਜਦੋਂ 5 ਸਾਲਾਂ ਦੇ ਬੈਠੇ ਇੱਥੇ, ਅੱਜ ਇਹਨਾਂ ਨੂੰ ਕਿੱਥੇ ਭੇਜ ਦਈਏ? ਸਾਡੀ ਸਰ ਮੰਗ ਕੁਛ ਨਹੀਂ, ਸਾਡੀ ਤਨਖਾਹ ਦਵਾ ਦੇਣ ਤੇ ਲੋਕਡਾਊਨ ਤੋਂ ਬਾਅਦ ਅਸੀਂ ਆਪਣੇ ਆਪ ਹੀ ਸਮਾਨ ਚੁੱਕ ਲਾਂਗੇ ਜੀ, ਸਾਨੂੰ ਕਿਸੇ ਨੂੰ ਕਹਿਣ ਦੀ ਲੋੜ ਹੀ ਨਹੀਂ ਪੈਣੀ ਜੀ। ਪਰ ਸਰ ਜਿਹੜਾ ਅੱਜ ਮੇਰੀ ਘਰ ਦੀ ਨਾ ਧੱਕਾ ਹੋਇਆ ਜੀ, ਸ਼ਰਮਾ ਜੀ ਨੇ ਇੱਥੋਂ ਰੱਖ ਕੇ ਉਹਦਾ ਕਮੀਜ਼ ਖਿੱਚਿਆ ਹੋਇਆ ਜੀ, ਤੇ ਉਹਦਾ ਕਮੀਜ਼ ਸਾਰਾ ਪਾੜ ਗਏ, ਇਹ ਤੁਸੀਂ ਵੇਖ ਹੀ ਚੁੱਕੇ ਹੋ ਜੀ। ਮਸਰਾਣੀ ਜੀ ਮੈਨੂੰ ਕਹਿੰਦਾ ਸਮਾਨ ਚੁੱਕੋ, ਲੋਕਡਾਊਨ ਲੱਗਿਆ, ਜੇ 6 ਮਹੀਨਿਆਂ ਦੀ ਮੇਰੀ ਪੇ ਆ ਜੀ, ਪੇ ਨਹੀਂ ਦੇ ਰਹੇ, ਜਦੋਂ ਪੇ ਮੰਗਦੀ ਤੋਂ ਰੱਟਾ ਪਾ ਲੈਂਦੇ ਆ ਜੀ। ਕੀ ਕਰਦੇ ਤੁਸੀਂ? ਮੈਂ ਇਹਨਾਂ ਦਾ ਕੋਠੀ ਦਾ ਕੰਮ ਕਰਦੀ ਆ ਜੀ, ਅੱਜ ਮੇਰੇ ਗਲੇ ਪੈ ਗਿਆ, ਗਲੇ ਮੇਰੇ ਕੰਨ ਵੀ ਪਿਆ ਸੀ ਜੀ। ਇਹ ਕਿੰਨਾ ਟਾਈਮ ਹੋ ਗਿਆ ਕੰਮ ਕਰਦੇ? ਸਾਨੂੰ 5 ਸਾਲ ਹੋ ਗਏ ਆ ਜੀ। ਆਹ ਸੋਨੀਆ ਸ਼ਰਮਾ ਜੀ, ਮੈਂ ਇਹਨਾਂ ਦੇ ਮੂੰਹ ਨੂੰ ਕੰਮ ਕਰਦੀ ਆ ਜੀ, ਠੀਕ ਆ ਜੀ? ਇਹਦੇ ਨਾਲ ਮੇਰਾ ਕੋਈ ਲੱਲਾ ਖੱਖਾ ਨਹੀਂ ਹੈਗਾ ਜੀ। ਸੋਨੀਆ ਸ਼ਰਮਾ ਕੌਣ ਆ? ਆਹ ਬੈਠੇ ਜੀ। ਕੌਣ ਆ ਇਹ? ਇਹਨਾਂ ਦੀ ਨੌਂਹ ਆ ਜੀ। ਹਾਂਜੀ, ਬਹੁਤ ਜ਼ਿਆਦਾ ਪਰੇਸ਼ਾਨ ਕਰ ਰਹੇ ਆ ਜੀ ਸਾਨੂੰ। ਕੋਈ ਕਾਰਨ ਨਹੀਂ, ਬਸ ਮੈਂ ਤਨਖਾਹ ਮੰਗਦੀ ਆ, ਕਹਿੰਦੇ ਸਮਾਨ ਚੁੱਕ ਲਓ, ਸਮਾਨ ਚੁੱਕ ਲਓ ਜੀ। ਲੋਕਡਾਊਨ ਦੇ ਵਿੱਚ ਸਰਕਾਰਾਂ ਵੱਲੋਂ ਵੀ ਇਹ ਤਾਂ ਫਿਰ ਇਹਨੂੰ ਚਾਹੀਦਾ ਨਾ ਜੀ, ਇਹਨਾਂ ਦੀ ਨੌਂ ਨੂੰ ਪੁੱਛ ਲਓ ਜੀ ਕੀ ਹਾਲ ਕਰਦਾ ਜੀ। ਸਰਕਾਰਾਂ ਵੱਲੋਂ ਰੈਟਾਂ ਜਾਰੀ ਕੀਤੀਆਂ, ਕਿਸੇ ਦੀ ਕੋਈ ਜਿਹੜੀ ਹੈਗੀ ਤਨਖਾਹ ਨਹੀਂ ਰੋਕ ਸਕਦਾ, ਨਾ ਕਿਸੇ ਨੂੰ ਬਾਹਰ ਕਰ ਸਕਦਾ। ਨਾ ਇਹਨੇ ਸਾਡਾ 4 ਵਾਰੀ ਸਮਾਨ ਸੁੱਟਿਆ ਜੀ, 4 ਵਾਰੀ ਸਮਾਨ ਇਹਨਾਂ ਦੇ ਮੂੰਹ ਨੂੰ। ਸਰਨਜੀਤ ਜੀ SI ਸਾਹਿਬ ਆਏ ਸੀਗੇ, ਉਹਨਾਂ ਨੇ ਵੀ ਕਿਹਾ ਸੀਗਾ ਜੀ, ਇਹਨਾਂ ਦੇ ਮਾਸਟਰ ਜਗਦੀਸ਼ ਰਾਏ ਸ਼ਰਮਾ ਨੇ SD ਪਬਲਿਕ ਸਕੂਲ ਵਾਲੇ, ਇਹਨਾਂ ਦਾ ਆਪਣੀ ਨੂੰਹ ਦਾ ਆਪਣੇ ਪੁੱਤਰ ਨਾਲ ਅਤੇ ਆਪਸ ਵਿੱਚ ਘਰੇਲੂ ਮੈਟਰ ਹੈ, ਇਹਨਾਂ ਦੇ ਇੱਕ ਕਿਰਾਏਦਾਰ ਵੀ ਰਹਿੰਦਾ, ਉਹਦਾ ਨਾ ਆਪਣਾ ਮੈਟਰ ਚੱਲਦਾ ਪਿਆ ਜੀ। ਇਹ ਵੀ ਪਤਾ ਲੱਗਿਆ ਜੀ, ਜਿਹੜੇ ਕਿਰਾਏਦਾਰ ਰਹਿੰਦੇ ਆ ਉਹਨਾਂ ਦਾ ਸਮਾਨ ਬਾਹਰ ਕੱਢਿਆ ਗਿਆ ਜਦੋਂ ਉਹਨਾਂ ਨੇ ਤਨਖਾਹ ਮੰਗੀ, ਅਤੇ ਉਸ ਨੂੰ ਲੈ ਕੇ ਜਿਹੜਾ ਸਾਰਾ ਮਾਮਲਾ ਸਾਹਮਣੇ ਨਹੀਂ। ਇਸ ਗੱਲ ਬਾਰੇ ਇਹ ਗੱਲ, ਕਿਉਂਕਿ ਕਰੋਨਾ ਚੱਲਦਾ ਪਿਆ ਹੈਗਾ, ਸਾਰਿਆਂ ਨੂੰ ਪਤਾ ਆਪਾਂ ਨੂੰ ਵੀ ਕਿਸੇ ਦਾ ਸਮਾਨ ਜੇਕਰ ਕੋਈ ਬਾਹਰ ਕੱਢ ਕੇ ਰੱਖਦਾ ਇਸ ਟਾਈਮ 'ਤੇ ਠੀਕ ਨਹੀਂ ਹੈਗਾ, ਇਨਸਾਨੀਅਤ ਨਾਤੇ ਵੀ ਠੀਕ ਨਹੀਂ ਹੈ ਅਤੇ ਵੈਸੇ ਵੀ ਠੀਕ ਨਹੀਂ ਲੱਗਦਾ।
इस गल नूं वेरीफाई किया जाऊगा कि असल मैटर की है, क्योंकि इन्हां दी जिहड़ी नूंह है वह कहिंदी पई आ भी मेरा सहुरा जिहड़ा हैगा वह मैनूं तंग परेशान करदा, दाज दे मंगदा है। जो किराएदार होर कुछ कह रहा, मास्टर जी कुछ होर कह रहे हैं, इस सामने कुछ भी कहना जल्दबाजी होगी, वेरीफाई कर लिया जाए फैक्ट्स दे आधार ते गल कीती। नहीं, वो मेरे नोट्स कोई नहीं है। सर, इन्हां नूं कितें लिजाया भी नहीं, लिजाया असीं वेरीफाई करना चाहते, क्योंकि जेकर इन्हां नूं इत्थे छड्डा गया कोई होर वड्डी घटना ना वापर, जिस करके फिलहाल की घड़ी मैटर नूं कंट्रोल करन दी खातर इन्हां नूं वक्खरे वक्खरे किया गया, ताकि थोड़ा शांत होकर बाद च गल सुनी जाऊगी। रूहानी ते काले इलम दे माहिर बीबी राजविंदर जी, सारियां समस्यावां दा हल 2 घंटे विच घर बैठे वशीकरण करना, मुठ्ठीकरण करना जां तड़वाउणा, विदेश यात्रा विच रुकावट, पीआर विच रुकावट, लव मैरिज प्यार च रुकावट, जेकर तुहाडा पति पत्नी धी भैण भरा किसी के वश च हन, उस तो छुटकारा मैं दिलावांगी। लाटरी चाहे कोई भी होवे, 649 लोटो मैक्स जां मैगा मिलियन ग्रंटिड निकलेगी, फोन मिलाउंदे ही तुहाडी जिंदगी सवर जाएगी। सारियां समस्यावां दा हल 1125 रुपए च गरंटी नाल कराओ। करो संपर्क बीबी राजविंदर 81 466 7009।